ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ, ਮੈਂ ਹਾਂ ਸੰਦੀਪ ਸ਼ਰਮਾ। ਸੋ ਅੱਜ 5 ਜੁਲਾਈ ਹੈ, ਤਕਰੀਬਨ ਭਾਜਪਾ ਦੀ ਸਮੂਹ ਲੀਡਰਸ਼ਿਪ ਦੇ ਨਾਲ ਹੀ ਜਿਹੜੇ ਸਟਾਰ ਪ੍ਰਚਾਰਕ ਹੈ ਅੱਜ ਜਲੰਧਰ ਵੈਸਟ ਹਲਕੇ ਦੀ ਭਾਜਪਾ ਦੇ ਉਮੀਦਵਾਰ ਜਿਹੜੇ ਜਿਮਨੀ ਚੋਣ ਦੇ ਸ਼ੀਤਲ ਅੰਗੁਰਾਲ ਦੇ ਹੱਕ ਦੇ ਵਿੱਚ ਅੱਜ ਤੋਂ ਡੜ ਗਏ ਆ ਅਤੇ ਲਗਾਤਾਰ ਚੋਣ ਪ੍ਰਚਾਰ ਦੀਆਂ ਸਰਗਰਮੀਆਂ ਤਕਰੀਬਨ ਕੱਲ੍ਹ ਤੋਂ ਹੀ ਸ਼ੁਰੂ ਹੋ ਗਈਆਂ, ਲੇਕਿਨ ਅੱਜ 5 ਜੁਲਾਈ ਜਿਹੜਾ ਦਿਨ ਹੋਊਗਾ ਅੱਜ ਤੋਂ ਖਾਸ ਦਿਨ ਸ਼ੁਰੂ ਹੋ ਗਿਆ ਅਤੇ ਲਗਾਤਾਰ ਪੰਜਾਬ ਦੀ ਸਿਆਸਤ ਅੱਜ ਜਲੰਧਰ ਦੀ ਜਿਮਨੀ ਚੋਣ ਨੂੰ ਲੈ ਕੇ ਕਾਫੀ ਇੱਕ ਅਲੱਗ ਤਸਵੀਰ ਨੂੰ ਦੇਖਦੀ ਹੈ, ਕਿਉਂਕਿ ਕੱਲ੍ਹ ਹੀ ਸ਼ੀਤਲ ਅੰਗੁਰਾਲ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਚੈਲੇਂਜ ਨੂੰ ਇੱਕ ਦਿਨ ਪਹਿਲਾਂ ਕਬੂਲ ਕੀਤਾ ਸੀ ਤਾਂ ਜਨਤਕ ਹੋ ਕੇ ਉਹ ਸਬੂਤ ਵੀ ਪੇਸ਼ ਕੀਤੇ ਸੀ, ਲੇਕਿਨ ਭਗਵੰਤ ਮਾਨ ਕੱਲ੍ਹ ਜਲੰਧਰ ਦੇ ਵੈਸਟ ਹਲਕੇ ਦੇ ਵਿੱਚ ਸ਼ੀਤਲ ਅੰਗੁਰਾਲ ਕਿ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਦੇ ਉਸ ਚੈਲੇਂਜ ਨੂੰ ਕਬੂਲਣ ਵਾਸਤੇ ਉਸ ਮੌਕੇ 'ਤੇ ਨਹੀਂ ਪਹੁੰਚੇ ਤਾਂ ਸਿਆਸਤ ਕੱਲ੍ਹ ਦੀ ਕਾਫੀ ਪੱਕ ਚੁੱਕੀ ਹੈ। ਤੋ ਇਸ ਤੋਂ ਬਿਨਾਂ ਮੌਜੂਦਾ ਜਗਰਾਓਂ 'ਤੇ ਭਾਜਪਾ ਦੇ ਹੀ ਪ੍ਰਧਾਨ ਸਰਦਾਰ ਇੰਦਰਪਾਲ ਇਕਬਾਲ ਜੀ, ਸਰ ਕਿੱਸਾ ਦੇਖਦੇ ਹੋ, ਸੀਐਮ ਮਾਨ ਨੇ ਕੱਲ੍ਹ ਚੈਲੇਂਜ ਕੀਤਾ ਸੀ ਸ਼ੀਤਲ ਅੰਗੁਰਾਲ ਨੂੰ ਭਾਜਪਾ ਦੇ ਵੀ ਕਿਹੜੇ ਸਬੂਤ ਆ, ਮੈਂ ਦੱਸੋ ਮੈਂ ਆਉਂਦਾ ਹਾਂ, ਲੇਕਿਨ ਸ਼ੀਤਲ ਅੰਗੁਰਾਲ ਨੇ ਇੱਕ ਦਿਨ ਪਹਿਲਾਂ ਹੀ ਚੈਲੇਂਜ ਕਬੂਲ ਕੀਤਾ ਅਤੇ ਜਨਤਕ ਹੋ ਕੇ ਸਬੂਤ ਵੀ ਲੈ ਕੇ ਆਉਂਦੇ, ਲੇਕਿਨ ਭਗਵੰਤ ਮਾਨ ਉਸ ਜਗ੍ਹਾ 'ਤੇ ਨਹੀਂ ਪਹੁੰਚੇ। ਕਿਸ ਤਰ੍ਹਾਂ ਦੇਖਦੇ ਪਹਿਲਾਂ ਸਾਰੇ ਮੁੱਦੇ ਨੂੰ? ਦੇਖੋ ਜੀ, ਜਦੋਂ ਕੋਈ ਵੀ ਆਦਮੀ ਆ ਜਦੋਂ ਗਲਤ ਹੁੰਦਾ ਆ ਤਾਂ ਉਹਨੂੰ ਆਪਣੀ ਗਲਤੀ ਦਾ ਵੀ ਅਹਿਸਾਸ ਹੁੰਦਾ ਅਤੇ ਉਹ ਸਹੀ ਥਾਂ 'ਤੇ ਜਾਣ ਤੋਂ ਕੰਨੀ ਕਤਰਾਉਂਦਾ ਹੀ ਹੈ। ਭਗਵੰਤ ਮਾਨ ਦਾ ਵੀ ਕੱਲ੍ਹ ਹੀ ਅਸ਼ਰ ਹੋਇਆ, ਉਹ ਸ਼ੀਤਲ ਅੰਗੁਰਾਲ ਜੀ ਨੇ ਉਹਨੂੰ ਸਬੂਤਾਂ ਸਮੇਤ ਚੈਲੇਂਜ ਕੀਤਾ ਸੀ, ਔਰ ਜਿਹਨੂੰ ਭਗਵੰਤ ਮਾਨ ਨੇ ਇਨਫੈਕਟ ਦੁਬਾਰਾ ਚੈਲੇਂਜ ਕੀਤਾ ਕਿ ਤੂੰ 5 ਤਰੀਕ ਦੀ ਬਜਾਏ ਅੱਜ ਸ਼ਾਮ ਨੂੰ ਹੀ ਕਰ, ਔਰ ਸ਼ੀਤਲ ਜੀ ਨੇ ਕੱਲ੍ਹ ਬੜੇ ਸਹਿਜ ਢੰਗ ਦੇ ਨਾਲ ਪੂਰੇ ਪਰਿਵਾਰ ਸਮੇਤ ਲੋਕਾਂ ਦੀ ਸਭਾ ਦੇ ਵਿੱਚ ਪੇਸ਼ ਹੋ ਕੇ ਆਪਣੇ ਸਬੂਤ ਪੇਸ਼ ਕੀਤੇ ਆ, ਅਤੇ ਉਹਨਾਂ ਨੇ ਜੋ ਇਲਜ਼ਾਮ ਲਾਏ ਆ ਉਹ ਧੂੰਆਂ ਤਾਂ ਹੀ ਨਿਕਲਦਾ ਜੇ ਕਿਤੇ ਅੱਗ ਹੁੰਦੀ ਹੈ, ਅਤੇ ਇਸ ਤੋਂ ਅਸੀਂ ਤਾਂ ਇਹ ਸਮਝਦੇ ਹਾਂ ਕਿ ਭਗਵੰਤ ਮਾਨ ਜੀ ਨੂੰ ਆਉਣਾ ਚਾਹੀਦਾ ਸੀ ਉੱਥੇ, ਆਪਣੀ ਸਫਾਈ ਦੇਣੀ ਚਾਹੀਦੀ ਸੀ। ਜੇ ਉਹ ਸਫਾਈ ਨਹੀਂ ਦੇ ਪਾਏ ਤਾਂ ਇਸ ਦਾ ਮਤਲਬ ਉਹ ਜ਼ਰੂਰ ਕਿਤੇ ਨਾ ਕਿਤੇ ਕੋਈ ਨੁਕਸ ਹੈ ਜਿਹਨੂੰ ਪੜਚੋਲ ਕਰਨ ਦੀ ਜ਼ਰੂਰਤ ਆ। ਲੱਗਦਾ ਭਗਵੰਤ ਮਾਨ ਖੁਦ ਕਹਿੰਦੇ ਸੀ ਵੀ ਭ੍ਰਿਸ਼ਟਾਚਾਰ ਪੰਜਾਬ ਮੁਕਤ ਹੋਊਗਾ, ਅਗਰ ਜੇ ਤੁਸੀਂ ਗੱਲ ਕੀਤੀ ਹੈ ਵੀ ਕੁਛ ਗਲਤ ਹੈਗਾ ਸਰਕਾਰ ਦੇ ਮੰਤਰੀਆਂ ਵਿੱਚ ਤਾਂ ਹੀ ਇਹ ਚੈਲੇਂਜ ਕੀਤਾ ਗਿਆ, ਲੇਕਿਨ ਅਗਰ ਸੱਚੇ ਹੁੰਦੇ ਤਾਂ ਕੱਲ੍ਹ ਉਹਨਾਂ ਨੂੰ ਉੱਥੇ ਪਹੁੰਚਣਾ ਚਾਹੀਦਾ ਸੀ? ਬਿਲਕੁਲ ਪਹੁੰਚਣਾ ਚਾਹੀਦਾ ਸੀ। ਹੁਣ ਸਾਡੇ ਜਗਰਾਓਂ ਹਲਕੇ ਦੇ ਵਿੱਚ ਹੀ ਸਾਡੇ ਇੱਕ ਇਹਨਾਂ ਦੇ ਪਾਰਟੀ ਦੇ ਨੁਮਾਇੰਦੇ ਨੇ, ਉਹਨਾਂ ਨੇ ਵੀ ਜੋ ਉੱਥੇ ਗੁੱਲ ਖਿਲਾਏ ਨੇ ਉਹ ਸਾਰਿਆਂ ਨੂੰ ਪਤਾ। ਸੋ ਇਹ ਇੱਕ ਇਕੱਲਾ ਸ਼ੀਤਲ ਅੰਗੁਰਾਲ ਜੀ ਦਾ ਜਲੰਧਰ ਦੇ ਨਾਲ ਹੀ ਕੋਈ ਉਹ ਨਹੀਂ ਹੈ ਕਿ ਵੀ ਇਕੱਲੇ ਜਲੰਧਰ ਦੇ ਵਿੱਚ ਹੀ ਭ੍ਰਿਸ਼ਟਾਚਾਰ ਚੱਲਦਾ, ਇਹ ਪੂਰੇ ਪੰਜਾਬ ਦੇ ਵਿੱਚ ਇੱਕ ਨਵੀਂ ਲਹਿਰ ਤੁਰੀ ਹੋਈ ਹੈ ਭ੍ਰਿਸ਼ਟਾਚਾਰ ਦੀ, ਜਿਹੜੀ ਕਿ ਹਾਥੀ ਦੇ ਦੰਦ ਨਾਲ ਦਿਖਾਉਣ ਦੇ ਹੋਰ ਨੇ, ਖਾਣ ਦੇ ਹੋਰ ਨੇ। ਲੋਕ ਸਭਾ 2024 ਚੋਣਾਂ ਹੋਈਆਂ ਸੀ, ਬੇਸ਼ੱਕ ਭਾਜਪਾ ਨੂੰ ਪੰਜਾਬ ਦੀ ਸੀਟ ਨਹੀਂ ਮਿਲੀ, ਲੇਕਿਨ ਕਿਤੇ ਨਾ ਕਿਤੇ ਮੰਨਦੇ ਹੋ ਵੀ ਪੰਜਾਬ ਦੇ ਵਿੱਚ ਭਾਜਪਾ ਦਾ ਗ੍ਰਾਫ ਕਾਫੀ ਵਧਿਆ, ਔਰ ਇਸ ਦੇ ਨਾਲ ਹੀ ਲੁਧਿਆਣਾ ਤੋਂ ਹੀ ਮੈਂਬਰ ਪਾਰਲੀਮੈਂਟ ਜਿਹੜੇ ਸਾਬਕਾ ਮੈਂਬਰ ਪਾਰਲੀਮੈਂਟ ਸੀ ਰਵਨੀਤ ਸਿੰਘ ਬਿੱਟੂ ਨੂੰ ਹਾਰ ਦੇ ਬਾਵਜੂਦ ਵੀ ਇੱਕ ਦੋ ਮੰਤਰਾਲੇ ਮਿਲਣ ਦੇ ਬਾਵਜੂਦ ਜਿਹੜਾ ਰਾਜਾ ਵੜਿੰਗ ਨੇ ਚੈਲੇਂਜ ਕੀਤਾ ਸੀ ਮੈਂ ਰਾਜ ਨਹੀਂ ਛੱਡੂੰਗਾ, ਤਾਂ ਲੱਗਦਾ ਵੀ ਸਿਆਸਤ ਕਿਤੇ ਨਾ ਕਿਤੇ ਆ ਕੇ ਭਾਜਪਾ ਹਮੇਸ਼ਾ ਉਹ ਲੋਕਾਂ ਨੂੰ ਮਾਨ ਸਨਮਾਨ ਵੀ ਦਿੰਦੀ ਜਿਹੜੇ ਲੋਕ ਪਾਰਟੀ ਪ੍ਰਤੀ ਵਫ਼ਾਦਾਰ ਰਹਿੰਦੇ। ਇਕੱਲੀ ਪਾਰਟੀ ਪ੍ਰਤੀ ਵਫ਼ਾਦਾਰ ਨਹੀਂ, ਜਿਹੜੇ ਲੋਕ ਦੇਸ਼ ਦੇ ਪ੍ਰਤੀ ਵਫ਼ਾਦਾਰ ਨੇ, ਦੇਸ਼ ਦੇ ਲਈ ਕੁਰਬਾਨੀਆਂ ਕੀਤੀਆਂ, ਬਿੱਟੂ ਜੀ ਦੀ ਕੁਰਬਾਨੀ ਜਿਹੜੀ ਬਿੱਟੂ ਜੀ ਦੇ ਪਰਿਵਾਰ ਦੀ ਕੁਰਬਾਨੀ ਹੈ ਉਹ ਕੌਣ ਦੇ ਸਕਦਾ? ਇਹਨਾਂ ਦੇ ਪਰਿਵਾਰ 'ਚ ਚੀਚੀ ਇਹਨਾਂ ਦੀ ਵੱਡੀ ਨਹੀਂ ਗਈ ਕਦੇ ਇਹਨਾਂ ਦੀ। ਅਤੇ ਜਿਹੜਾ ਤੁਸੀਂ ਬਿਲੋਂਗ ਕਰਦੇ ਹੋ, ਮੈਂ ਵੀ ਉੱਥੇ ਮੌਕੇ 'ਤੇ ਮੌਜੂਦ ਸੀ, ਕਿਸੇ ਲੱਗਿਆ ਵੀ
ਜਦੋਂ ਲੁਧਿਆਣੇ ਵਾਪਸ ਮੁੱਲਾਪੁਰ ਜਾਂਦੇ, ਦਾਖਾ ਵੱਲ ਜਾਂਦੇ ਜਰਾਉਂ, ਅਤੇ ਕਿਸਾਨਾਂ ਨਾਲ ਧਰਨਾ ਉਹਨਾਂ ਅੰਦਰ ਉਹਨਾਂ ਨੂੰ ਕੈਂਪੇਨ ਕਰਨ ਦਿੱਤੀ ਸੀ, ਕੀ ਉਹ ਕਿਸਾਨ ਸੀ ਕਿ ਨਹੀਂ ਸੀ? ਨਹੀਂ ਜੀ, ਉਹ ਕਿਸਾਨ ਨਹੀਂ ਸੀ, ਉਹ ਬੇਸਿਕਲੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਹੱਥ ਠੋਕੇ ਸੀ। ਉਹ ਕਾਂਗਰਸ ਦਾ ਫੰਕਸ਼ਨ ਹੁੰਦਾ ਸੀ ਉੱਥੇ ਵੀ ਮੌਜੂਦ ਹੁੰਦੇ ਸੀ, ਜਦੋਂ ਆਮ ਆਦਮੀ ਦਾ ਫੰਕਸ਼ਨ ਹੁੰਦਾ ਸੀ ਉੱਥੇ ਵੀ ਮੌਜੂਦ ਹੁੰਦੇ ਸੀ, ਅਤੇ ਜਦੋਂ ਕਿਤੇ ਸਾਡੇ ਖਿਲਾਫ਼ ਧਰਨਾ ਲਾਉਣਾ ਹੁੰਦਾ ਸੀ ਉੱਥੇ ਵੀ ਉਹੀ ਬੰਦੇ ਮੌਜੂਦ ਹੁੰਦੇ ਸੀ। 20,000 ਵੋਟ ਕੋਈ ਜ਼ਿਆਦਾ ਨਹੀਂ ਹੁੰਦੀ ਸੀ, ਅਗਰ ਉਹ ਅਗਰ 11,000 ਵੋਟ ਹੋਰ ਪੈ ਜਾਂਦੀ ਅਸੀਂ ਜਿੱਤ ਗਏ ਸੀਗੇ। ਭਾਈ ਸਾਹਿਬ, ਬੜਾ ਜਿਮਨੀ ਚੋਣ ਇਸ ਤੋਂ ਇੱਕ ਸਾਲ ਪਹਿਲਾਂ ਵੀ ਇੱਥੇ ਜਲੰਧਰ ਹੋਈਆਂ ਸੀ ਮੈਂਬਰ ਪਾਰਲੀਮੈਂਟ ਵਾਸਤੇ, ਅਤੇ ਅੱਜ ਫਿਰ ਇੱਕ ਸਾਲ ਬਾਅਦ ਇਹੀ ਜਿਮਨੀ ਚੋਣ ਜਲੰਧਰ ਵਿਧਾਇਕ ਵਾਸਤੇ ਹੋ ਰਹੀ ਹੈ, ਕਿਸ ਤਰ੍ਹਾਂ ਦੇਖਦੇ ਹੋ? ਸ਼ੀਤਲ ਅੰਗਰਾਲ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਨੌਜਵਾਨੀ ਬਚਾਉਣ ਵਾਸਤੇ ਨਸ਼ਿਆਂ ਦੇ ਖਿਲਾਫ਼ ਜਿਹੜੀ ਜੰਗ ਲੜੀ ਹੈ ਅਤੇ ਆਮ ਆਦਮੀ ਪਾਰਟੀ ਸਾਥ ਦਿੱਤਾ, ਅਤੇ ਹਾਰ ਕੇ ਉਹਨਾਂ ਨੇ ਨੌਜਵਾਨਾਂ ਦੀ ਖਾਤਰ ਪਾਰਟੀ ਛੱਡਤੀ ਅਤੇ ਭਾਜਪਾ ਦਾ ਦਾਮਨ ਫੜਿਆ, ਅਤੇ ਉਸ ਦੇ ਬਾਵਜੂਦ ਭਾਜਪਾ ਦੇ ਹਾਈ ਕਮਾਂਡ ਉਹਨਾਂ ਨੂੰ ਟਿਕਟ ਨਾਲ ਨਵਾਜ ਕੇ ਆਪਣਾ ਉਮੀਦਵਾਰ ਇੱਥੇ ਜਿਮਨੀ ਚੋਣੀ ਲਾਉਣੇ। ਮੰਨਦੇ ਹੋ ਵੀ ਸ਼ੀਤਲ ਅੰਗਰਾਲ ਵਰਗੇ ਨੌਜਵਾਨ ਦੇਸ਼ ਨੂੰ ਚਾਹੀਦੇ? ਦੇਖੋ ਜੀ, ਸ਼ੀਤਲ ਜੀ ਨੇ ਇੱਕ ਬੜਾ ਵਧੀਆ ਫੈਸਲਾ ਲਿਆ, ਇਹ ਆ ਜਿਹੜਾ ਭਾਜਪਾ ਤੋਂ ਬਿਨਾਂ ਦੇਸ਼ ਦਾ ਕੋਈ ਗੁਜ਼ਾਰਾ ਨਹੀਂ ਹੈਗਾ। ਸ਼ੀਤਲ ਜੀ ਨੂੰ ਦਿਖਦਾ ਸੀਗਾ ਵੀ ਇਹ ਜਿਹੜੀ ਚੋਰਾਂ ਦੀ ਜਮਾਤ ਬਣ ਚੁੱਕੀ ਆ ਵੀ ਆਮ ਆਦਮੀ ਪਾਰਟੀ, ਇਸੇ ਕਰਕੇ ਉਹਨਾਂ ਨੇ ਜਿਹੜਾ ਹੈਗਾ ਉੱਧਰੋਂ ਇਹ ਫੈਸਲਾ ਬੜਾ ਵਧੀਆ ਲਿਆ, ਉੱਧਰੋਂ ਛੱਡ ਕੇ ਅਤੇ BJP ਦਾ ਪੱਲਾ ਫੜਿਆ, ਅਤੇ ਅਸੀਂ ਜਿਹੜਾ ਹੈਗਾ ਤਨ ਮਨ ਧਨ ਦੇ ਨਾਲ ਹਰ ਤਰ੍ਹਾਂ ਦੇ ਨਾਲ ਸ਼ੀਤਲ ਜੀ ਦੇ ਨਾਲ, ਅਤੇ ਵਾਹਿਗੁਰੂ ਠੀਕ ਕਰੂਗਾ, ਮਤਲਬ ਅਸੀਂ ਜਿੱਤਾਂਗੇ ਪੂਰਾ। ਹੁਣ ਇਸ ਤੋਂ ਭਾਜਪਾ ਦਾ ਉਮੀਦਵਾਰ ਜਲੰਧਰ ਜਿਮਨੀ ਚੋਣ ਜਿੱਤ ਕੇ ਔਰ ਫਤਵਾ ਦਊਗਾ ਭਾਜਪਾ ਦੀ ਸਰਕਾਰ ਦੇ ਹੱਕ ਦੇ ਵਿੱਚ? ਬਿਲਕੁਲ ਜੀ, ਸੀਟ ਇੱਥੇ ਭਾਜਪਾ ਜਿੱਤੂਗੀ, ਕੋਈ ਇਹਦੇ 'ਚ ਦੋ ਰਾਵਾਂ ਨਹੀਂ ਹੈਗੀਆਂ। ਸੋ ਲਗਾਤਾਰ ਕੱਲ੍ਹ ਤੋਂ ਜਿਹੜਾ ਸਿਆਸੀ ਅਖਾੜਾ ਜਿਹੜਾ ਭਾਕਿਆ ਸੀ, ਤਾਂ ਕਿਤੇ ਨਾ ਕਿਤੇ ਆ ਕੇ ਜਿਹੜਾ ਜਲੰਧਰ ਵੈਸਟ ਦੇ ਵਿੱਚ ਜਿਹੜਾ ਕੱਲ੍ਹ ਤੋਂ ਜਿਹੜਾ ਹਰ ਸਿਆਸੀ ਬੰਦੇ ਦੇ ਜਿਹੜਾ ਨੇਤਾ ਹੋਵੇ ਚਾਹੇ ਉਹ ਵਰਕਰ ਹੋਵੇ, ਉਹਦੇ ਹਮੇਸ਼ਾ ਗੱਲ 'ਤੇ ਇੱਕੋ ਹੀ ਮੂੰਹ 'ਤੇ ਇੱਕ ਗੱਲ ਰਹੀ ਹੈ ਵੀ ਸ਼ੀਤਲ ਅੰਗਰਾਲ ਜਿਹੜੀ ਕੱਲ੍ਹ ਆਵਾਜ਼ ਚੱਕੀ ਸੀ ਤਾਂ ਉੱਥੇ ਪੰਜਾਬ ਦੇ ਮੁੱਖ ਮੰਤਰੀ ਅਗਰ ਖੁਦ ਨਹੀਂ ਆਉਂਦੇ ਤਾਂ ਕੋਈ ਨਾ ਕੋਈ ਨਾ ਆਪਣਾ ਨੁਮਾਇੰਦਾ ਭੇਜਣਾ ਜ਼ਰੂਰ ਚਾਹੀਦਾ ਸੀ। ਕੀ ਲੱਗ ਰਿਹਾ ਵੀ ਜਨਤਕ ਅਗਰ ਸਬੂਤ ਹੈਗੇ ਸੀ ਜੇ ਉਹਨਾਂ ਕੋਲ ਸ਼ੀਤਲ ਅੰਗਰਾਲ ਜੀ ਕੋਲ ਸੀ ਤਾਂ ਚਾਹੀਦਾ ਸੀ, ਅਗਰ ਭਗਵੰਤ ਮਾਨ ਜੀ ਖੁਦ ਨਾ ਆਉਂਦੇ ਤਾਂ ਆਪਣਾ ਕੋਈ ਅੱਛਾ ਕੈਂਡੀਡੇਟ ਕੈਬਨਿਟ ਮੰਤਰੀ ਭੇਜ ਦਿੰਦੇ ਤਾਂ ਕਿ ਉਹ ਸਬੂਤ ਲੈਂਦੇ ਤਾਂ ਕਿ ਉਹ ਆਪਣੀ ਵੀ ਥੋੜ੍ਹਾ ਹੀ ਰੈਪੋਰਟ ਸ਼ੇਅਰ ਨੂੰ ਜਾਂ ਜੋ ਮੁੱਖ ਮੰਤਰੀ ਦਾ ਪ੍ਰੋਟੋਕਾਲ ਹੁੰਦਾ ਉਹਨੂੰ ਸੰਭਾਲ ਸਕਦੇ? ਦੇਖੋ ਇਸ ਤਰ੍ਹਾਂ ਹੁੰਦਾ, ਜਿਹੜਾ ਝੂਠ ਹੁੰਦਾ ਨਾ, ਝੂਠ ਜ਼ਿਆਦਾ ਦੇਰ ਟਿਕ ਨਹੀਂ ਸਕਦਾ। ਉਹ ਲੋਕਾਂ ਨੂੰ ਤੁਸੀਂ ਭੁਲੇਖਾ ਪਾ ਕੇ ਬੋਲ ਕੇ ਇੱਕ ਵਾਰੀ ਲੋਕਾਂ ਨੂੰ ਤੁਸੀਂ ਉਹ ਕਰ ਸਕਦੇ ਹੋ, ਔਰ ਇਹ ਜਿਹੜੀ ਸਰਕਾਰ ਬਣੀ ਹੈ ਬਿਲਕੁਲ ਝੂਠ ਦੀ ਨੀਂਹ 'ਤੇ ਬਣੀ ਹੋਈ ਸਰਕਾਰ ਹੈ। ਲੋਕਾਂ ਨੂੰ ਇਹਨਾਂ ਨੇ ਝੂਠੇ ਵਾਅਦੇ ਕੀਤੇ ਔਰ ਇੱਕ ਵੀ ਵਾਅਦੇ 'ਤੇ ਪੂਰੇ ਨਹੀਂ ਉਤਰੇ ਇਹ ਲੋਕ, ਠੀਕ ਹੈ। ਹੁਣ ਜਿੱਥੋਂ ਤਾਈਂ ਗੱਲ ਜਲੰਧਰ ਦੀ ਆ ਜਾਂਦੀ ਹੈ, ਜਲੰਧਰ ਜੇ ਹੁਣ ਅਸੀਂ ਲੋਕ ਸਭਾ ਦੇ ਇਲੈਕਸ਼ਨ ਦੀ ਗੱਲ ਕਰ ਲਈਏ, ਤਾਂ ਲੋਕ ਸਭਾ ਇਲੈਕਸ਼ਨ ਦੇ ਵਿੱਚ ਤੁਹਾਨੂੰ ਇੱਥੇ ਪਤਾ ਕਿ ਇਹਦਾ ਕਿੰਨੇ ਨੰਬਰ 'ਤੇ ਰਹੀ ਹੈ ਇਹ ਜਿਹੜੀ ਝਾੜੂ ਪਾਰਟੀ ਹੈ, ਠੀਕ ਹੈ ਨਾ ਜੀ। ਸਿਰਫ ਇਸ ਕੌਨਸਟੀਚੁਐਂਸੀ 'ਚ ਸਾਡਾ 4,000 ਵੋਟ ਦਾ ਫਰਕ ਰਿਹਾ ਕਾਂਗਰਸ ਨਾਲ, ਔਰ ਇਹ 3 ਨੰਬਰ 'ਤੇ ਆਈ ਹੈ, ਠੀਕ ਹੈ ਨਾ। ਇਸ ਕਰਕੇ ਜਿਹੜੇ ਇਹ ਸੀਟ ਹੈਗੀ ਹੈ, ਮੈਂ ਤਾਂ ਤੁਹਾਨੂੰ ਇੰਨਾ ਹੀ ਕਹਿਣਾ ਚਾਹੂੰਗਾ ਕਿ ਇਹ ਇੱਥੋਂ ਦੀ ਜਿਹੜੀ ਪੰਜਾਬ ਦੀ ਝੂਠ 'ਤੇ ਬਣੀ ਸਰਕਾਰ ਹੈ, ਇਹਦੇ ਕੱਫਣ ਵਿੱਚ ਆਖਰੀ ਕਿੱਲ ਸਾਬਤ ਹੋਊਗਾ। ਸ਼ੀਤਲ ਅੰਗਰਾਲ ਜੀ ਇੱਥੋਂ ਜਿੱਤਣਗੇ ਔਰ ਇਹਨਾਂ ਨੂੰ ਇੱਥੋਂ ਚੱਲਦਾ ਕਰਨ ਲਈ ਇਹ ਜਿਹੜੀ ਜਿੱਤ ਹੋਏਗੀ, ਔਰ ਸ਼ੀਤਲ ਅੰਗਰਾਲ ਜੀ ਬਹੁਤ ਵੱਡੇ ਮਾਰਜਨ ਨਾਲ ਜਿੱਤ ਕੇ ਵਿਧਾਨ ਸਭਾ ਦੇ ਅੰਦਰ ਜਾਣਗੇ। ਬਹੁਤ ਸ਼ੁਕਰੀਆ ਜੀ। ਸੱਚ ਔਰ ਝੂਠ ਦੀ ਜਿਹੜੀ ਇਹ ਲੜਾਈ ਦੀ ਗੱਲ ਕੀਤੀ ਗਈ ਸੀ, ਸੱਚ ਔਰ ਝੂਠ ਦਾ ਜਿਹੜਾ ਫੈਸਲਾ ਕੱਲ੍ਹ ਕੀਤਾ ਗਿਆ ਸੀ, ਕਿਤੇ ਨਾ ਕਿਤੇ ਆ ਕੇ ਸ਼ੀਤਲ ਅੰਗਰਾਲ ਨੇ ਜਿਹੜਾ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਜਿਹੜਾ ਚੈਲੰਜ ਕਬੂਲਿਆ ਸੀ, ਲੇਕਿਨ ਬੇਸ਼ੱਕ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਸ 'ਤੇ ਆਪਣੇ ਜਨਤਕ ਸਬੂਤ ਲੈਣ ਵਾਸਤੇ ਨਹੀਂ ਪੇਸ਼ ਹੋਏ, ਲੇਕਿਨ ਕਿਤੇ ਨਾ ਕਿਤੇ ਜਲੰਧਰ ਵੈਸਟ ਦੀ ਆਵਾਮ ਦੇ ਵਿੱਚ ਇੱਕ ਗੱਲ ਸਾਹਮਣੇ ਆਈ ਕਿ ਵੀ ਜਿਹੜੇ ਸਬੂਤ ਹੈ ਉਹ ਸੱਚੇ ਸੀ, ਸਾਹਮਣੇ ਸੀ, ਤਾਂ ਇਹ ਬਿਲਕੁਲ ਜਿਹੜਾ ਸ਼ੀਤਲ ਉਂਗਰਾਲ ਹੈ ਉਹ ਭਾਜਪਾ ਦਾ ਸੱਚਾ ਉਮੀਦਵਾਰ ਹੈ, ਲੇਕਿਨ ਪੰਜਾਬ ਦੇ ਮੁੱਖ ਮੰਤਰੀ ਦਾ ਕੋਈ ਵਾਰ ਨੁਮਾਇੰਦਾ ਉਹ ਸਬੂਤ ਲੈਣ ਆਉਂਦਾ ਤਾਂ ਸ਼ਾਇਦ ਗੱਲ ਕੁਛ ਹੋਰ ਸਕਦੀ। ਕਿਤੇ ਨਾ ਕਿਤੇ ਸ਼ੀਤਲ ਉਂਗਰਾਲ ਦਾ ਚੈਲੰਜ ਕਬੂਲ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਉਸ 'ਤੇ ਨਹੀਂ ਹੈ, ਅਤੇ ਇਸ ਨਾਲ ਪੂਰੀ ਜਲੰਧਰ ਵੈਸਟ ਦੀ ਸਿਆਸਤ ਹੁਣ ਪੂਰੀ ਤਰ੍ਹਾਂ ਭੱਗ ਗਈ ਹੈ। ਕੈਮਰਾਮੈਨ ਬੋਬੀ ਨਾਲ ਸੰਦੀਪ ਸ਼ਰਮਾ, ਦੈਨਿਕ ਸਵੇਰਾ ਟੀਵੀ, ਜਲੰਧਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।